ਸਕੂਲਾਂ ਦੇ ਵਿੱਚੋਂ ਵਿਵਾਦ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਹੁਣ ਇੱਕ ਹੋਰ ਮਾਮਲਾ ਸਾਹਮਣੇ ਆਉਂਦਾ ਹੈ ਜੋ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ, ਜਿੱਥੇ ਕਿ ਇੱਕ ਅਧਿਆਪਕ ਦੇ ਨਾਲ ਪਿੰਡ ਵਾਸੀ ਜਿਹੜੇ ਨੇ ਆਮੋ ਸਾਹਮਣੇ ਹੋ ਗਏ। ਪਰ ਅਧਿਆਪਕ ਦੇ ਨਾਲ ਰੌਲਾ ਕਿਸ ਗੱਲ ਦਾ ਸੀ, ਇਹ ਵੀ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ। ਇਹ ਮਾਮਲਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਹਲਕਾ ਗਿੱਦੜਵਾਹਾ ਦੇ ਅਧੀਨ ਆਉਂਦੇ ਪਿੰਡ ਗੁਰਸਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਹੈ, ਜਿੱਥੇ ਕਿ ਇੱਕ ਅਧਿਆਪਕਾਂ ਨੂੰ ਲੈ ਕੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਪਿੰਡ ਵਾਸੀ ਅਤੇ ਅਧਿਆਪਕਾਂ ਦੇ ਪਰਿਵਾਰਕ ਮੈਂਬਰ ਆਮੋ ਸਾਹਮਣੇ ਨਜ਼ਰ ਆਏ। ਇਸ ਦੌਰਾਨ ਗਿੱਦੜਵਾਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਹੌਲ ਤੇ ਕਾਬੂ ਪਾਇਆ। ਉਧਰ ਪਿੰਡ ਦੇ ਸਰਪੰਚਾਂ ਤੇ ਪਿੰਡ ਵਾਸੀਆਂ ਦੀ ਮੰਨੀਏ ਤਾਂ ਸਕੂਲ ਦੀ ਇੱਕ ਮਹਿਲਾ ਅਧਿਆਪਕਾ ਜਿਸ ਦੀ ਕੁਝ ਦਿਨ ਪਹਿਲਾਂ ਹੀ ਬਦਲੀ ਕੀਤੀ ਗਈ ਸੀ ਤੇ ਅੱਜ ਮੁੜ ਸਕੂਲ ਵਿੱਚ ਆਉਣ ਤੇ ਮਾਹੌਲ ਤਣਾਅਪੂਰਨ ਹੋ ਗਿਆ। ਪਿੰਡ ਵਾਸੀਆਂ ਦੀ ਮੰਨੀਏ ਤਾਂ ਮਹਿਲਾ ਅਧਿਆਪਕ ਦਾ ਵਿਵਾਹ ਨਾ ਤਾਂ ਪਿੰਡ ਵਾਸੀਆਂ ਨਾਲ ਅਤੇ ਨਾ ਹੀ ਸਟਾਫ ਮੈਂਬਰਾਂ ਨਾਲ ਵਧੀਆ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਸਿੱਧਾ ਅਸਰ ਪੈ ਰਿਹਾ। ਉਧਰ ਸਕੂਲੀ ਬੱਚੇ ਵੀ ਸਭ ਮਾਹੌਲ ਤੋਂ ਸੁੰਨ ਨਜ਼ਰ ਆ ਰਹੇ ਨੇ ਤੇ ਪੜ੍ਹਾਈ ਨਾ ਹੋਣ ਦਾ ਕਾਰਨ ਇਹ ਦੱਸਦੇ ਨੇ ਕਿ ਉਹਨਾਂ ਦੇ ਸਕੂਲ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਤੇ ਉੱਪਰੋਂ ਅਧਿਆਪਕ ਜਿਹੜੀ ਆ ਉਹਨਾਂ ਨੂੰ ਪੜ੍ਹਾਉਂਦੀ ਨਹੀਂ। ਪਹਿਲਾਂ ਜੀ ਕਰਮਜੀਤ ਮੈਡਮ ਸਕੂਲ ਚ ਆਏ, ਪਹਿਲਾਂ ਲੜਾਈ ਪੈਂਦੀ ਹੁੰਦੀ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਪ੍ਰੇਅਰ ਕਰਵਾਉਣੀ ਸੀ, ਇਹ ਲੇਟ ਆਉਂਦੇ ਹੁੰਦੇ ਸੀ ਜੀ ਸਕੂਲ 'ਚ ਜੀ, ਇਸ ਲਈ ਲੜਾਈ ਪਈ। ਇਹਨਾਂ ਦੀ ਵਜ੍ਹਾ ਨਾਲ ਲਾਜਵਿੰਦਰ ਸਰ ਵੀ ਇੱਥੋਂ ਚਲੇ ਗਏ ਜੀ, ਉਹਨਾਂ ਨੇ ਵੀ ਬਦਲੀ ਕਰਵਾਈ ਜੀ। ਹੁਣ ਇਹ ਕਮਰੇ 'ਚੋਂ ਬਾਹਰ ਨਿਕਲ ਜੀ, ਪਹਿਲਾਂ ਪੁਲਿਸ ਆਈ ਸੀ, ਹੁਣ ਵੀ ਪੁਲਿਸ ਆਈ ਹੈ ਜੀ। ਦੋ ਦਿਨ ਹੋ ਗਏ ਜੀ ਐਂ 'ਚ ਨਹੀਂ ਆਉਂਦਾ ਜੀ, ਪਰਸੋਂ ਵੀ ਨਹੀਂ ਹੋਇਆ ਜੀ ਸਕੂਲ 'ਚ, ਪਰਸੋਂ ਵੀ ਲੜਾਈ ਪਈ ਹੈ ਜੀ ਅਤੇ ਅੱਜ ਵੀ। ਅਤੇ ਪਹਿਲਾਂ ਵੀ ਇਹ ਕਹਿ ਦਿੰਦੇ ਸੀ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਪ੍ਰੇਅਰ ਕਰਵਾ ਦਿੰਦੇ ਹੋ, ਇਹਨਾਂ ਨੇ ਜਦੋਂ ਫ੍ਰੀ ਟਾਈਮ ਜੀ ਦਾ ਫੰਕਸ਼ਨ ਸੀ ਉਦੋਂ ਵੀ ਲੜਾਈ ਪਾ ਲਈ ਸੀ। ਅਸੀਂ ਸਕੂਲ ਦੇ ਵਿੱਚ ਇਹ ਕਹਿੰਦੇ ਵੀ ਇਹ ਟੀਚਰ ਨਾ ਰਹੇ, ਸਾਡੇ ਬੱਚਿਆਂ ਨੂੰ ਜਾਤੀ ਪਾਤ 'ਤੇ ਹੀ ਬੋਲਿਆ ਜਾਂਦਾ ਵੀ ਜਦ ਤੋਂ ਲੱਗਣਾ ਤਾਂ ਸਾਡੇ ਸੀਰੀਅਸ, ਤੁਹਾਨੂੰ ਪੜ੍ਹਾ ਕੇ ਕੀ ਕਰੀਏ ਜੀ, ਇਸ ਤਰ੍ਹਾਂ ਹੀ ਬੋਲਦੀ ਹੈ। ਅੱਜ ਬੱਚੇ ਸਕੂਲ ਨਹੀਂ ਆਏ ਸਾਡੇ, ਬਹੁਤ ਜ਼ਿਆਦਾ ਘੱਟ ਆਏ ਬੱਚੇ। ਅਸੀਂ ਅੱਗੇ ਤੋਂ ਵੀ ਇਹ ਚਾਹੁੰਦੇ ਵੀ ਸਾਡੇ ਬੱਚਿਆਂ ਦਾ ਚੰਗਾ ਕੋਈ ਟੀਚਰ ਆਵੇ ਜਿਹੜਾ ਕੋਈ ਚੰਗਾ ਸਾਡਾ ਭਵਿੱਖ ਸੁਧਾਰੇ, ਸਾਡਾ ਭਵਿੱਖ ਤਾਂ ਪਹਿਲਾਂ ਹੀ ਬਹੁਤ ਖਰਾਬ ਹੈ ਜੀ ਗਰੀਬ ਬੰਦਿਆਂ ਦਾ। ਪਿੰਡ ਵਾਸੀਆਂ ਅਨੁਸਾਰ ਇਸ ਮਸਲੇ ਦਾ ਇੱਕੋ ਇੱਕ ਹੱਲ ਹੈ ਕਿ ਅਧਿਆਪਕਾਂ ਦੀ ਬਦਲੀ ਕੀਤੀ ਜਾਵੇ। ਉਧਰ ਦੂਜੇ ਪਾਸੇ ਇਸ ਮਾਮਲੇ ਵਿੱਚ ਸੰਬੰਧਿਤ ਅਧਿਆਪਕ ਦਾ ਪਤੀ ਜੋ ਮੌਕੇ ਤੇ ਪਹੁੰਚਿਆ, ਉਸਨੇ ਕੀ ਕੁਝ ਕਿਹਾ, ਆਓ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ। ਮਸਲਾ ਸਾਹਿਬ ਗੁੱਟਬੰਦੀ ਦਾ ਤੇ ਪਾਰਟੀਬਾਜ਼ੀ ਦਾ ਹੈ। ਸਰਪੰਚ ਸਾਹਿਬ ਨੇ ਤੇ ਇਹਨਾਂ ਦੀ ਪੂਰੀ ਪੰਚਾਇਤ ਨੇ ਪਰਸੋਂ ਦੀ ਮੀਟਿੰਗ ਮੇਰੀ ਪਤਨੀ ਨੂੰ ਧਮਕੀ ਦਿੱਤੀ ਸੀ ਵੀ ਤੇਰੇ ਅਸੀਂ ਗੋਲੀ ਮਾਰਾਂਗੇ, ਤੇ ਅੱਜ ਸਰਪੰਚ ਦੀ ਸਹਿ ਤੇ ਸਟਾਫ ਅਵਤਾਰ ਸਿੰਘ, ਲਲਿਤਾ ਤੇ ਬੇਅੰਤ ਦੀ ਸਹਿ ਤੇ ਹੋ ਗਿਆ। ਬੇਅੰਤ ਦੇ ਹਸਬੈਂਡ ਨੇ ਭਰੀ ਪੰਚਾਇਤ ਦਿੱਤੀ ਸੀਗੀ ਇਹ ਧਮਕੀ ਵੀ ਤੇਰੇ ਅਸੀਂ ਗੋਲੀ ਮਾਰਾਂਗੇ। ਪਰ ਉਹ ਤੁਹਾਡੇ ਤੋਂ ਦੋਸ਼ ਲਾ ਰਹੇ ਜੀ, ਇਸ ਤੋਂ ਬਿਨਾਂ ਪਿਸਟਲ ਤੱਕ ਮੈਡਮ ਲੈ ਕੇ ਆ ਰਹੇ ਜੀ ਸਾਹਿਬ, ਇਹ ਤਾਂ ਪੁਲਿਸ ਮੁਲਾਜ਼ਮ ਮੱਥੇ ਨੇ, ਇਨਕੁਆਇਰੀ ਕਰ ਲੈਣ, ਜੇ ਉਹਨਾਂ ਕੋਲ ਮਿਲਦਾ ਤਾਂ ਅਸੀਂ ਉਸ ਦੇ ਗੁਨਾਹਗਾਰ ਮੰਨੇ ਜਾਵਾਂਗੇ ਜੀ। ਸਾਰਾ ਸਟਾਫ ਇੱਥੇ ਹਾਜ਼ਰ ਹੈ। ਪਰ ਉਹ ਦੋ ਤਿੰਨ ਵਾਰੀ ਬਦਲੀ ਕਰਾਤੀ ਮੈਡਮ ਦੀ, ਫਿਰ ਬਦਲੀ ਇੱਥੇ ਹੋ ਜਾ ਰਹੀ ਸਭ ਬਦਲੀ ਨਹੀਂ ਕਰਾਈ ਉਹ, ਅਸੀਂ ਖੁਦ ਨੇ ਆਪਦੀ ਸਹਿਮਤੀ ਨਾਲ ਵੀ ਇੱਥੇ ਜਿਹੜਾ ਐਜੂਕੇਸ਼ਨ ਦਾ ਮਾਹੌਲ ਹੈ, ਸ਼ਿਕਸ਼ਾ ਦਾ ਮਾਹੌਲ ਹੈ, ਨਾ ਵਿਗੜੇ, ਅਸੀਂ ਖੁਦ ਨੇ ਕਰਾਈ ਸੀ। ਸਾਡੀ ਰਿਟਨ ਸਹਿਮਤੀ ਹੈ ਡੀਓ ਦਫ਼ਤਰ, ਔਰ ਜਿਹੜੇ ਇਹਨਾਂ ਨੇ ਧਾਂਦਲੇਬਾਜ਼ੀਆਂ ਕੀਤੀਆਂ ਉਹਨਾਂ ਦਾ ਅਸੀਂ ਪ੍ਰੋਪਰ ਰਿਟਨ 'ਚ ਲਿਖ ਕੇ ਦਿੱਤਾ ਵਿਆ। ਹੈੱਡ ਨੂੰ ਉੱਥੇ ਬੈਠਿਆ ਹੀ ਮੌਜੂਦਾ ਜਿਹੜੇ ਸਰਪੰਚ ਆ ਉਹਨਾਂ ਨੇ ਹੈੱਡ ਦੀ ਪੋਸਟ ਹੀ ਉਡਾਤੀ। ਜਿਹੜਾ ਥਰਡ ਇੰਚਾਰਜ ਹੈ ਉਹਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ, ਕਮੇਟੀ ਸਾਰੀ ਇਹਨਾਂ ਦੇ ਆਪਦੇ ਪੱਖ ਦੀ ਹੈ, ਚੁਣਿੰਦਾ ਬੰਦੇ ਆ, ਖਾਲੀ ਪੇਜਾਂ 'ਤੇ ਉਹਨਾਂ ਤੋਂ ਸਾਈਨ ਹੁੰਦੇ ਆ। ਕੌਣ ਧਾਂਦਲੇਬਾਜ਼ੀ ਕੌਣ ਕਰ ਰਹੇ? ਸਕੂਲ ਸਟਾਫ ਔਰ ਸਰਪੰਚ ਸਾਹਿਬ ਵੀ ਉਹਨਾਂ ਨਾਲ ਰਲੇ ਹੋਏ ਆ। ਕਾਹਦੇ 'ਚ ਕਰ ਰਹੇ ਜੀ? ਮਿਡ ਡੇ ਮੀਲ ਹੈ, ਸਕੂਲ ਦੀਆਂ ਗਰਾਂਟਾਂ ਹੈ, ਜਿਹੜਾ ਪਿਛਲਾ ਛੋਟਾ ਗੇਟ ਹੈ ਉਹ ਇੱਕ ਵਾਰ ਖੁੱਲ੍ਹਾ ਹੋਇਆ ਸੀਗਾ, ਉੱਥੋਂ ਦੀ ਗਾਂ ਵੜ ਕੇ ਬੱਚਿਆਂ ਨੂੰ ਹਾਰਮ ਕੀਤਾ ਗਾਂ ਨੇ, ਮੇਰੇ ਮਿਸਿਜ ਨੇ ਬਚਾਇਆ, ਉਹਨਾਂ ਦੇ ਹੈੱਡ ਸੀਗੇ ਲਾਜਵਿੰਦਰ, ਉਹਨਾਂ ਨੇ ਉਹ ਸਾਰੀ ਸਿਚੁਏਸ਼ਨ ਦੇਖਣ ਦੇ ਬਾਵਜੂਦ ਵੀ ਉਹਨਾਂ ਦੀ ਛੁੱਟੀ ਨਹੀਂ ਭਰਦੇ ਸੀ, ਜਦਕਿ ਔਨ ਰਿਕਾਰਡ ਇਹ ਪਤਾ ਹੈ ਕਿ ਗਾਂ ਤੋਂ ਮੇਰੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜ਼ਿੰਮੇਵਾਰ ਕਿਉਂ ਮੰਨ ਰਹੇ? ਜਿਹੜਾ ਗਰੁੱਪ ਕਰਦਾ ਸਭ ਗਰੁੱਪਿੰਗ ਕਰਦਾ, ਕਿਉਂਕਿ ਅਸੀਂ ਡਿਊਟੀ ਕਰਾਉਣ ਆਉਂਦੇ ਹਾਂ, ਕੋਈ ਗਰੁੱਪਿੰਗ ਕਰਨੀ ਆਉਂਦੇ। ਇਸ ਤੋਂ ਪਹਿਲਾਂ ਮੇਰੇ ਮਿਸਿਜ਼ 8 ਸਾਲ ਖੁੱਡੀਆਂ ਰਹੇ ਆ, ਉੱਥੇ ਸਾਡਾ ਰੌਲਾ ਕਿਉਂ ਨਹੀਂ ਪਿਆ? ਔਰ ਜਿਹੜਾ ਇਹ ਸਟਾਫ ਕਹਿ ਰਿਹਾ ਅਸੀਂ ਰੌਲਾ ਪਾ ਰਹੇ ਹਾਂ, ਇਹਨਾਂ ਦਾ ਪੁਰਾਣਾ ਰਿਕਾਰਡ ਕਢਾਇਆ ਜਾਵੇ। ਪਰ ਇੱਕ ਪਾਸੇ ਕਾਫੀ ਵੱਡੀ ਤਰ੍ਹਾਂ ਦੇ ਪਿੰਡ ਦੇ ਲੋਕ ਇਕੱਠੇ ਹੋਏ ਜੀ, ਇੱਕ ਪਾਸੇ ਤੁਸੀਂ ਇਕੱਲੇ ਹੋ ਜੀ ਕਰ ਰਹੇ ਜੀ ਕੋਈ? ਹਾਂ ਸਾਹਿਬ, ਅਸੀਂ ਇੱਥੇ ਰਾਜਨੀਤੀ ਕਰਨ ਕਦੇ ਨਹੀਂ ਆਏ। ਦੂਜੀ ਗੱਲ ਇਹ, ਇਹਨੂੰ ਆਪਾਂ ਪਿੰਡ ਨਹੀਂ ਕਹਿ ਸਕਦੇ, ਇਹ ਇੱਕ ਧੜੇ ਦੇ ਬੰਦੇ ਹੈ, ਸਰਪੰਚੀ ਧੜੇ ਦੇ ਬੰਦੇ ਹੈ, ਇਹ ਪਿੰਡ ਦਾ ਇਕੱਠ ਨਹੀਂ ਕਹਿ ਸਕਦੇ, ਗਰੁੱਪ ਹੈ ਇਹ। ਹੁਣ ਇਸ ਮਾਮਲੇ ਦੇ ਵਿੱਚ ਕੁਝ ਗੱਲਾਂ ਅਜਿਹੀਆਂ ਵੀ ਸਾਹਮਣੇ ਆ ਰਹੀਆਂ ਨੇ ਜੋ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ। ਅਧਿਆਪਕਾਂ ਦੇ ਪਤੀ ਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਲੋਕ ਸਕੂਲ ਦੇ ਫੰਡਾਂ, ਮਿਡ ਡੇ ਮੀਲ ਆਦਿ ਵਿੱਚ ਘਪਲਾ ਕਰ ਰਹੇ ਨੇ ਤੇ ਜੇਕਰ ਉਹਨਾਂ ਦੀ ਪਤਨੀ ਬੋਲਦੀ ਹੈ ਤਾਂ ਮਾਹੌਲ ਖਰਾਬ ਕੀਤਾ ਜਾਂਦਾ ਹੈ।
उधर गिदड़वाहा के एस एच ओ अनुसार सूचना मिलने वह मौके पर पहुंचे और मामले में बनती कार्रवाई की गल आखी है। गुरु सर सानू ना अपने सरपंच साहब का फोन आया गुरु सर के सरदार बेंत सिंह उन्होंने वालों फोन आया भी कोई स्कूल दे विच कोई टीचर ते कोई जिहड़े मापे आ वो इत्थे कट्ठे कुट्ठे होए आ ते उस दे संबंध विच लॉ एंडर दे संबंध विच असीं इत्थे आए सीगे तो जिहड़ा मामला कोई जिहड़ा इत्थे टीचर आ कोई लेडीज़ उन्दे कोई पहला वो डेपूटेशन ते चले गए सी हुण दुबारा मैडम इत्थे आए आ सो इस करके जिहड़े पिंड वाले दे कोई मापे आ बच्चों के उन्हां दा कोई इशू सी उन्दे रिगार्डिंग असीं जिहड़ा मैसेज पास आउन करता इन्हां दे कंसर्न अफसरां नूं वो फिर जो भी इन्हें मुतलका जो इन्हों की बनती है उन्हें मुताबक कार्रवाई करनी पिंड वाले कह रहे मैडम भी कोई पिस्टल वगैरह भी लैके आ रही है कोई यहोजा भी कोई मसला कोई सामने आई कुछ नहीं ये तो कोई उमें आपके मूँह जबानी कोई गल कह रहे कोई साढ़े को किसी ने किसी तरह का कोई सबूत वाली जो गल तो नहीं दी वो जरूर कह रहे थे कि मैडम कोई जीप से आँदे है जो तो अगलों का निजी इशू है उनके संबंध में आपका कोई इशू नहीं करता। इस मामले के जिला सिक्ख्या अफसर अजय शर्मा का कहना है कि शिकायत मिलते ही उन्हें उप जिला सिक्ख्या अफसर जांच लिए भेजे और रिपोर्ट जो भी सामने आएगी उसके आधार पर बनती कार्रवाई की जाएगी। साढ़े ध्यान में एक गुरुसर का मसला आया सीगा फोन नहीं आया सीगा तो उस संबंधी जिहड़ा असीं डिप्टी डीओ हरजीत सिंह लाइकारी अफसर भेजा सीगा उन्हां दी रिपोर्ट आंदे सर जिहड़ा दोषी पाया गया उन्हें विरुद्ध बनती कार्रवाई की जाएगी। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ ਜੋ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ। ਇੱਕ ਪਾਸੇ ਤਾਂ ਪਿੰਡ ਵਾਸੀ ਇਹ ਕਹਿ ਰਹੇ ਨੇ ਕਿ ਸਕੂਲ ਅਧਿਆਪਕਾ ਸਕੂਲ ਦੇ ਵਿੱਚ ਲੇਟ ਆਉਂਦੀ ਆ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ 'ਤੇ ਅਸਰ ਪੈ ਰਿਹਾ ਅਤੇ ਜਦੋਂ ਬੱਚੇ ਨਾਲ ਗੱਲਬਾਤ ਕੀਤੀ ਜਾਂਦੀ ਆ ਤਾਂ ਬੱਚੇ ਕਹਿੰਦੇ ਨਜ਼ਰ ਆਏ ਨੇ ਕਿ ਸਕੂਲ ਅਧਿਆਪਕਾ ਇਹ ਕਹਿੰਦੀ ਆ ਕਿ ਜਦੋਂ ਮੈਂ ਸਕੂਲ ਦੇ ਵਿੱਚ ਆਵਾਂ ਉਸ ਸਮੇਂ ਪ੍ਰੇਅਰ ਹੋਣੀ ਚਾਹੀਦੀ ਆ ਅਤੇ ਦੂਸਰੀ ਗੱਲ ਇੱਥੇ ਇਹ ਨਿਕਲ ਕੇ ਸਾਹਮਣੇ ਆਈ ਆ ਕਿ ਇੱਕ ਟੀਚਰ ਨੇ ਪਹਿਲਾਂ ਇਸ ਮੈਡਮ ਤੋਂ ਅੱਕ ਕੇ ਆਪਣੀ ਬਦਲੀ ਕਰਵਾ ਲਈ ਸੀ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕੀ ਹੱਲ ਨਿਕਲਦਾ ਹੈ ਆਉਣ ਵਾਲਾ ਸਮਾਂ ਦੱਸੇਗਾ।